ਏ ਆਕਾਸ਼ਵਾਣੀ ਜੰਮੂ ਹੈ ਹੁਣ ਤੁਸ ਵਿਜੇ ਬਜਾਜ ਕੋਲ ਖਬਰਾਂ ਸੁਨੋ ਲੈਫਟੇਨੈਂਟ ਗਵਰਨਰ ਮਨੋਤ ਸਿਨੌਰੇ ਕੋਵਿਡ ਦੀ ਰੋਕਥਾਮ ਸਰਬੰਧੀ ਈ ਲੇੰਬਾਰ ਹੈ ਕਈ ਮੀਟਿੰਗਾਂ ਲਾਈਆਂ ਉਹਨੇ 45 ਬਰੇ ਸ਼ਾਮਤੀ ਉਮਰੀ ਦੇ ਲੋਕਾਂ ਕੀ ਪਹਿਲੀ ਖੁਰਾਕ ਦਾ ਟੀਕਾ ਲਾਣੇ ਹਾਸਤੇ ਜੂਨ ਮਹੀਨੇ ਦੇ ਅਖੀਰ ਤੱਕ ਅਰਦੀ ਸਮੇਂ ਸੀਮਾ ਮੁਕਰਰ ਕੀਤੀ ਹੈ ਲੈਫਟੇਨੈਂਟ ਗਵਰਨਰ ਉਹਨੇ ਜੰਮੂ ਕਸ਼ਮੀਰ ਕੀ ਦਉ ਬਾਕ ਬਾਕੀ ਸਿੰਚ ਤਕਸੀਮ ਕਰਨੇ ਸਰਬੰਧੀ ਅਫਵਾਹਾਂ ਕੀ ਖਾਰਿਜ ਕਰ ਦਿੱਤਾ ਹੈ ਸਲਾਹਕਾਰ ਬਸੀਰ ਖਾਨੋ ਨੇ ਸੈਲਸਫਾ ਦੇ ਬਕਾਇਆ ਪੈਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਾਤਾ ਤੇ ਇਹਨੇ ਪ੍ਰੋਜੈਕਟ ਤੇ ਜੰਮੂ ਦੇ ਡਿਪਟੀ ਕਮਿਸ਼ਨਰ ਅਨਸ਼ੁਲ ਗਰਗੋਰੀ ਆਖਿਆ ਜੇ ਜ਼ਿਲ੍ਹੇ ਚ 6.5 ਲੱਖ ਸ਼ਮਤੇ ਲੋਕਾਂ ਦਾ ਟੀਕਾਕਰਨ ਕਰ ਦਿੱਤਾ ਗਿਆ ਤੇ ਪੋਜ਼ਿਟਿਵ ਮਾਮਲਿਆਂ ਦੀ ਦਰ ਘਟੀ ਹੈ ਛੜੀ 1.6 ਫੀਸਦੀ ਘਰੇ ਗਈ ਹੈ ਕੋਵਿਡ-19 ਕੀ ਦਿੱਖਦੇ ਹੋਈ ਅਸ ਆਪਣੇ ਸਭਨੇ শ্রোਤਾਆਂ ਕੀ ਅਪੀਲ ਕਰਨੀਆਂ ਜੇ ਕੋਈ ਟਿਲ ਮਠ ਨਹੀਂ ਵਰਤਨ ਤੇ ਇਨੇ ਚਾਹੂ ਪਾਇੰਦੀ ਪਾਲਮਾ ਕਰੀਏ ਸੁਰੱਖਿਤ ਰਾਉਨ ਮਾਸਕ ਪਾਓ ਸਮਾਜੀ ਛਿੰਡੇ ਗਿੱਤੇ ਦੂਗੱਜ ਦੂਰ ਰਵੋ ਹੱਥ ਤੇ ਮੂੰਹਾਂ ਦੀ ਸਾਫ ਸਫਾਈ ਪ੍ਰਮੁਖ ਧਿਆਨ ਦਿਓ ਤੇ ਟੀਕਾ ਲਗਵਾਈ ਲਓ ਲੋਕਾਂ ਗਿੱਤੇ ਕੋਵਿਡ ਬਾਰੇ ਜਾਣਕਾਰੀ ਤੇ ਮਾਰਗਦਰਸ਼ਨਾਸਤੇ ਰਾਸ਼ਟਰੀ ਐਲਪਲਾਈਨ ਨੰਬਰ ਨ 01123978046 ਤੇ 1075 ਤੇ ਹੁਣ ਪੇਸ਼ ਨ ਖਬਰਾਂ ਤਫਸੀਲ ਕਰਨ ਹੈ ਕੋਵਿਡ ਦੀ ਰੋਕਥਾਮ ਸਰਬੰਧੀ ਈ ਲੈਂਦੀ ਅਸਰਦਾਰੀ ਦਾ ਜਾਇਜ਼ਾ ਲੈਣੇ ਗਿਆ ਲੈਫਟਨੈਂਟ ਗਵਰਨਰ ਮਨੋਤ ਸਿਨੌਰੇ ਕੱਲ ਉੱਚੀ ਸਤਾ ਦੀਆਂ ਕਈ ਮੀਟਿੰਗਾਂ ਲਾਈਆਂ ਜਿੰਦੇ ਚ ਕੋਵਿਡ ਟਾਸਕ ਫੋਰਸ ਦੇ ਸਦਸੇ ਡਿਪਟੀ ਕਮਿਸ਼ਨਰ ਐਸਪੀ ਐ ਤੇ ਹੋਰ ਨੇ ਸੀਨੀਅਰ ਅਹਲਕਾਰੇ ਵੀ ਸਲਾਹਤ ਟੀਕਾਕਰਨ ਅਭਿਆਨ ਕੀ ਇੱਕ ਮਿਸ਼ਨ ਵਾਲੀ ਭਾਵਨਾ ਕਰਨੇ ਤੋੜ ਚਾੜਨੇ ਪਰ ਜ਼ੋਰ ਪਾਉਂਦੀ ਹੋਈ ਲੈਫਟੀਨੈਂਟ ਗਵਰਨਰ ਹੋਰੇ 45 ਵਰਿਆਂ ਸ਼ਾਮਤੀ ਉਮਰੀ ਦੇ ਸਭਨੇ ਲੋਕਾਂ ਕੀ ਪਹਿਲੀ ਖੁਰਾਕ ਦਾ ਟੀਕਾ ਲਾਣੇ ਗਿੱਤਾ 30 ਜੂਨ 2021 ਦੀ ਸਮੇਂ ਸੀਮਾ ਮੁਕਰਰ ਕੀਤੀ ਉਹਨੇ ਐਲ ਕਰਨਗੇ ਨਿਰਦੇਸ਼ ਦਿੱਤਾ ਜੇ ਉਸ ਗੱਲਾਂ ਕੀ ਯਕੀਨੀ ਬਣਾਣ ਜੇ ਆਉਂਦੀ 15 ਜੁਲਾਈ ਸ਼ਾ ਪਹਿਲੇ ਪਹਿਲੇ 18 ਸ਼ਾ ਲਈ ਹੈ 44 ਵਰਿਆਂ ਤੱਕ ਦੀ ਉਮਰੀ ਦੇ 30% ਲਾਭਾਰਥੀਆਂ ਕੀ ਪਹਿਲੀ ਖੁਰਾਕ ਦਾ ਟੀਕਾ ਲਾਇ ਦਿੱਤਾ ਜਾ ਕੋਵਿਡ ਕਾਰਨ ਪਨੇ ਦੇ ਅਲਾਦਾ ਜ਼ਿਲ੍ਹੇ ਸਭ ਦਾ ਜਾਇਜ਼ਾ ਲੈਂਦੀ ਹੋਈ ਲੈਫਟਨੈਂਟ ਗਵਰਨਰੋ ਨੇ ਡਿਵੀਜ਼ਨਲ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਐਸਪੀਏ ਤੇ ਸਿਹਤ ਮੈਕਮੇ ਦੇ ਐਲਕਾਰਿੰਗ ਕੀ ਕਈ ਈ ਲੇ ਬਾਰੇ ਸੁਝਾ ਦਿੱਤੇ ਜਿਨੇ ਕੀ ਅਪਣਾਈ ਹੈ ਪ੍ਰਦੇਸ਼ ਚ ਪੋਜ਼ਿਟਿਵ ਮਾਮਲਿਆਂ ਦੀ ਦਰ ਕੀ ਭਲੀਆਂ ਘੱਟ ਕੀਤਾ ਜਾ ਸਕਦਾ ਹੈ ਉਨ੍ਹਾਂ ਆਖਿਆ ਜੇ ਕਰੋਨਾ ਚੁੱਦਾਏ ਫਰੰਟਲਾਈਨ ਵਰਕਰਾਂ ਆਮ ਲੋਕਾਂ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਪੂਰੀ ਟੀਮ ਨੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣ ਤੇ ਭਵਿੱਖ ਨੂੰ ਸੁਰੱਖਿਸ਼ਿਤ ਬਣਾਉਣ ਦੇ ਹਾਸਤੇ ਸਖਤ ਮਿਹਨਤ ਕੀਤੀ ਹੈ ਉਨੇ ਇਪੀ ਆਖਿਆ ਜੇ ਜਾਂਚ ਟੀਕਾ ਕਰਨ ਤੇ ਨਿਯਮਾਂ ਦਾ ਸਖਤੀ ਕਰਨੇ ਪਾਲਨ ਕਰਦੀ ਹੋਈ ਕੋਵਿਡ ਮਹਾਮਾਰੀ ਦੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਲੈਫਟੇਨੈਂਟ ਗਵਰਨਰ ਹੋ ਨੇ ਪੁਲਿਸ ਮੈਕ ਵਿੱਚ ਗਿਆ ਕਿ ਜੇ ਉਹ ਜਾਂਚ ਨਾਕਿਆਂ ਪਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੀ ਮਾਸਕ ਬੰਨ੍ਹਣ ਉਨੇ ਆਖਿਆ ਜੇ ਇਹ ਸੰਦੇਸ਼ ਸਾਫ ਉਹਨਾਂ ਲੋੜਦਾ ਹੈ ਜੇ ਪ੍ਰਸ਼ਾਸਨ ਦਾ ਮਕਸਦ ਜੁਰਮਾਨਾ ਲਾਣਾ ਨਹੀਂ ਹੈ ਸਗੋਂ ਲੋਕਾਂ ਦੀ ਇਫਾਜ਼ਤ ਯਕੀਨੀ ਬਣਾਣਾ ਹੈ ਲਫਟੇਨੈਂਟ ਗਵਰਨਰ ਮਨੋਤ ਸਿਨੌਰ ਨੇ ਆਖਿਆ ਜਿਉਂ ਉਸਲੇ ਕੋਵਿਡ ਦੇ ਫੈਲਾਅ ਪਰ ਮਤੀਅਤ ਤਦ ਤੱਕ ਕਾਬੂ ਪਾਇਲਾ ਤਾ ਗਿਆ ਤਾਂ ਇਸ ਕਲਾ ਕੀ ਯਕੀਨੀ ਬਨਾਇਆ ਜਾਣਾ ਲੋੜ ਚਦੈ ਜੇ ਕੋਵਿਡ ਦੇ ਪ੍ਰਬੰਧਨ ਸਰਬੰਦੀ ਈਲੇ ਤੇ ਵਿਕਾਸ ਗਤੀਵਿਧੀਆਂ ਕੰਨੋ ਕੰਨੀ ਜਾਰੀ ਰਾਉਣ। ਉਹਨੇ ਆਖਿਆ ਜੇ ਵਿਕਾਸ ਕਮ ਵਿੱਚ ਤੇਜ਼ੀ ਆਣੀ ਜਾਣੀ ਲੋੜ ਚਦੀ ਹੈ ਤਾਂ ਜੇ ਅਸਰਦਾਰ ਨੀਤੀਆਂ ਦੇ ਰਾਹੀਂ ਇੱਕ ਮਜ਼ਬੂਤ ਅਰਥਵਿਵਸਥਾ ਕਾਇਮ ਕੀਤੀ ਜਾਇ ਸਕੇ। ਉਨੇ ਇਹ ਵੀ ਆਖਿਆ ਕਿ ਲੋਕਾਂ ਦੀ ਸਭੇ ਬੁਨਿਆਦੀ ਸਹੂਲਤਾਂ ਪੱਕ ਗਿਆ ਉਪਲਬਧ ਹੋਣੀਆਂ ਲੋੜ ਚੀਂਦਿਆਂ ਸ਼੍ਰੀ ਸੀਨਾਵਰੇ ਡਿਪਟੀ ਕਮਿਸ਼ਨਰਿੰਗ ਆਖਿਆ ਜੇ ਮਤੀ ਸਾਰੀ ਸੇਵਾਵਾਂ ਆਨਲਾਈਨ ਉਪਲਬਧ ਹੋਣੀਆਂ ਚਾਹੀਦੀਆਂ ਤੇ ਲੋਕਾਂ ਦੀ ਬੇਲੈ ਸਿਰ ਵਿਜਨ ਕੋ ਸੇ ਪਰੇਸ਼ਾਨੀ ਦੇ ਸੇਵਾਵਾਂ ਦੀ ਦਸਤੀਆਬੀ ਯਕੀਨੀ ਬਣਾਈ ਜਾਣੀ ਲੋੜ ਦੀ ਹੈ ਇਤੇ ਲਵਾ ਡीडीसी ਚੇਅਰਪਰਸਨ ਲਈ ਦਫਤਰ ਕਾਇਮ ਕਰਨੇ ਮਿਸ਼ਨ ਯੂਥ ਦੇ ਤਹਿਤ ਮਮਕਨ ਯੋਜਨਾ ਦੇ ਫਾਇਦੇ ਉਪਲਬਧ ਕਰਵਾਉਣੇ ਵਾਸਤੇ ਯੋਗ ਨੌਜਵਾਨਾਂ ਦੀ شناخت ਕਰਨੇ ਸ਼ਹੀਦ ਪੁਲਿਸ ਕਰਮੀਏ ਫੌਜ ਦੇ ਜਵਾਨੇ ਤੇ ਨੀਮ ਫੌਜੀ ਬਾਲੇ ਦੇ ਬੱਚਿਆਂ ਵਾਸਤੇ ਹੋਸਟਲ ਬਣਾਉਣੇ ਬੈਕ ਟੂ ਵਿਲੇਜ ਕਾਰਜਕ੍ਰਮ ਤਹਿਤ ਬਕਾਇਆ ਪੇ ਦੇ ਕੰਮੇ ਕੀ ਪੂਰਾ ਕਰਨੇ ਨੀਮ ਮੈਡੀਕਲ ਅੰਮਲੇ ਤੇ ਹੋਰ ਨੇ ਫਰੰਟਲਾਈਨ ਵਰਕਰਾਂ ਨੂੰ ਸਿਖਲਾਈ ਦੇਣੇ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਬਕਾਇਆ ਪੇ ਦੇ ਕੰਮੇ ਕੀ ਪੂਰਾ ਕਰਨ ਦੇ ਦਿਪ ਨਿਰਦੇਸ਼ ਜਾਰੀ ਕੀਤੇਗੇ ਲੇਫਟਨੈਂਟ ਗਵਰਨਰ ਨੇ ਸਖਸ਼ਮ ਯੋਜਨਾ ਤਹਿਤ ਲਾਭਾਰਥੀਆਂ ਦੀਸ਼ਨਾਕਤਲੀ ਪ੍ਰਕਿਰਿਆ ਚ ਤੇਜ਼ੀ ਆਨਣੇ ਦੇ ਵੀ ਨਿਰਦੇਸ਼ ਦਿੱਤੇ। ਉਹਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਜਿਓ ਆਪਣੇ ਸਰਬੰਧਤ ਜ਼ਿਲ੍ਹੇ ਚ ਸਮੂਦਾਇਕ ਸ਼ੌਟ ਚਾਲੇ ਦੇ ਨਿਰਮਾਣ ਬਾਰੇ ਰਿਪੋਰਟਾਂ ਤਾਉਲੇ-ਸ਼ਾ ਤਾਉਲੇ ਜਮ੍ਹਾਂ ਕਰਵਾਉਣ। ਲੈਫਟਨੈਂਟ ਗਵਰਨਰ ਮਨੋਤ ਸਿਨਾਵ ਨੇ ਜੰਮੂ-ਕਸ਼ਮੀਰ ਦੀਆਂ ਬਾਕੀ-ਬਾਕੀ ਸੈੰਚ ਤਕਸੀਮ ਕਰਨ ਦੀ ਸਰਬੰਦੀ ਓਕੜੀਆਂ ਅਫਵਾਹਾਂ ਗੀ ਖਾਰਿਜ ਕਰ ਦਿੱਤਾ ਜਿੰਦੇ ਚ ਇਹ ਆਖਿਆ ਜਾਦਾ ਹਜੇ ਦੱਖਣੀ ਕਸ਼ਮੀਰ ਦੇ ਕਿਸ਼ ਇਸ ਸੰਗਨ ਜੰਮੂ ਖਿੱਤੇ ਕੀ ਰਾਜ ਦਾ ਦਰਜਾ ਦੇ ਦਿੱਤਾ ਜਾਗ ਜਿਸ ਲੇ ਇਕ ਨਿਜੀ ਟੀਵੀ ਚੈਨਲ ਕੀ ਇੰਟਰਵਿਊ ਦਿੱਤੀ ਹੁੰਦੀ ਹੈ ਲੈਫਟੇਨੈਂਟ ਗਵਰਨਰ ਹੋ ਰਿਹਾ ਇਹ ਪਹਿਲਾਂ ਸਾਫ਼ ਕਰ ਦਿੱਤਾ ਜੇ ਜੰਮੂ ਕਸ਼ਮੀਰ ਕੀ ਦਾਅ ਉਂ ਸੱਚ ਬੰਦਨੇ ਬਾਰੇ ਕੋਈ ਵੀ ਚਰਚਾ ਨਹੀਂ ਹੋਈ ਥੀ ਕਿ ਹੈ ਕਸ਼ਮੀਰ ਕਾ ਟਿਚ ਬੰਦੂ ਸੁਰੱਖਿਆ ਬਲਿੰਦੀ ਤਣਾਤੀ ਬਾਰੇ ਲੈਫਟੇਨੈਂਟ ਗਵਰਨਰ ਹੋ ਰਿਹਾ ਕਿਹਾ ਜੇ ਕਾ ਟਿਚ ਕੋਈ ਨਵੀਂ ਤਣਾਤੀ ਨਹੀਂ ਕੀਤੀ ਗਈ ਕਿ ਹੈ ਸਗੂਆ ਬਕਵਾਕ ਰਾਜਿਆਂ ਚ ਅਸੈਂਬਲੀ ਦੇ ਚੁਣਾਈਆਂ ਵਾਸਤੇ ਜਿਹੜੇ ਬਲਿੰਗ ਉੱਥੇ ਭੇਜਿਆ ਗਿਆ ਦਾ ਉਹਨੇ ਕੀ ਹੈ ਵਾਪਸ ਆਨਿਆ ਜਾ ਕਰਦਾ ਹੈ લેફ્ટિનેટ ગવર્ મનોજ સિન્હા 13 તેર જૂનની જમ્મુ શ્રી વેકટે સ્વામી મંદર ધરતી પૂજન કરડણ આકાશવાણી જમ્મુ સંવાદતાિરુમ તિરૂપતિવસ્થાનમ્ ટ્રસ્ટરમ ਵਾਈ ਵੀ ਸੁੱਬਾ ਰੈੱਡੀ ਵੀ ਮੌਜੂਦ ਰਹੋਗਣ ਇਹ ਟਰਸਟ ਤਿਰੂਪਤੀ ਮੰਦਰ ਦੇਵਸਥਾਨੇ ਦਾ ਪ੍ਰਬੰਧਨ ਦਿਖਦੇ ਨੇ ਇਹ ਮੰਦਰ ਜੰਮੂ ਸ਼੍ਰੀਨਗਰ ਰਾਸ਼ਟਰੀ ਜਨਰਲੀ ਸ਼ਿੜਕਿਆ ਪਰ ਮਜੀਨ ਥਾਰ ਬਣਾਇਆ ਜਾ ਰਿਹਾ ਹੈ ਇਸ ਸ਼ਾਨਦਾਰ ਸਮਾਰੋਹ ਚ ਇਸ ਟਰਸਟ ਦੇ 28 ਮੈਂਬਰ ਹਿੱਸਾ ਲੈਣਗਣ ਇਹਦੇ ਇਲਾਵਾ ਭੂਮੀ ਪੂਜਨ ਸਮਾਰੋਹ ਚ ਹਿੱਸਾ ਲੈਣੇ ਆਸਤੇ 12 ਚੇਚੇ ਪ੍ਰਾਉਣੇ ਦੀ ਵੀ ਸਾਧਾ ਦਿੱਤਾ ਗਿਆ ਹੈ ਸਮਾਰੋਹ ਦੀਆਂ ਤਿਆਰੀਆਂ ਜੋਰੇ ਸ਼ੋਰੇ ਕਰਨੇ ਜਾਰੀ ਨੇ ਤੇ ਇਹਨੇ ਤਿਆਰੀਆਂ ਪਰਤੱਕ ਰੱਖਣੇ ਆਸਤੇ ਆਂਧਰਾ ਪ੍ਰਦੇਸ਼ ਥਮਾ ਵਿਸ਼ੇਸ਼ ਟੀਮਾਂ ਇੱਥੇ ਆਈਆਂ ਹਨ ਇਸ ਮੰਦਿਰ ਦੇ ਨਿਰਮਾਣ ਲਈ ਇਸ ਟਰਸਟ ਦੀ ਕੁੱਲ 80 ਏਕੜ ਜ਼ਮੀਨ ਲੋਟ ਕੀਤੀ ਗਈ ਹੈ ਜਿਹਦੇ ਚਾ ਪਹਿਲੇ ਗੇਟ ਤਹਿਤ 33 ਕਰੋੜ ਰੁਪਏ ਦੀ ਲਾਗਤ ਕੰਨ ਹੈ ਮੰਦਿਰ ਪਰਸਰ ਤੇ ਇਹਦੇ ਆਤੇ ਦੀ ਚਾਰਦਵਾਰੀ ਵਿਦਿਕ ਸਕੂਲ ਸਟਾਫ ਕੁਆਟਰ ਤੇ ਸ਼ਰਧਾਲੂਆਂ ਲਈ ਸਹੂਲਤਾਂ ਤਿਆਰ ਕੀਤੀਆਂ ਜਾਂਗਣ ਧਿਆਨਯੋਗ ਹੈ ਜੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਤਿਰੂਮਾਲਾ ਤਿਰੂਪਤੀ ਦੇਵਸਥਾਨ ਟਰਸਟ ਕੀ 496 ਕਨਾਲ ਜ਼ਮੀਨ ਚਾਲੀਆਂ ਬਰਿਆਂਸ ਤੇ ਪਟੇ ਪਰ ਉਪਲਬਧ ਕਰਵਾਈ ਹੈ ਮੁਖ ਸਚਿਵ ਡਾਕਟਰ ਅਰੁਣ ਕੁਮਾਰ ਮਹਿਤੌਰੇ ਕਾਲਿਕ ਬੈਠਕ ਸੱਦੀਏ ਜੰਮੂ ਪ੍ਰਾਂਤ ਵਿੱਚ ਆਲਚ ਬਣੇ ਦੇ ਬਿਜਲੀ ਸੰਕਟ ਦੇ ਬਾਰੇ ਚ ਸਥਿਤੀ ਦੀ ਸਮੀਖਿਆ ਕੀਤੀ। ਵਿਭਾਗ ਮਾ ਬਿਜਲੀ ਵਿਕਾਸ ਦੇ ਪ੍ਰਧਾਨ ਸਚਿਵ ਤੇ ਚੀਫ ਇੰਜੀਨੀਅਰਿੰਗ ਦੇ ਇਲਾਵਾ ਪਾਵਰ ਡਿਸਕਮਸ ਦੇ ਪ੍ਰਬੰਧ ਨਿਰਦੇਸ਼ਕ ਵੀ ਬੈਠਕਾ ਚ ਮੌਜੂਦ ਹੈ। ਮੀਟਿੰਗਾਂ ਚ ਜਾਣਕਾਰੀ ਦਿੱਤੀ ਗਈ ਚ ਜੰਮੂ ਪ੍ਰਾਂਤ ਵਿੱਚ ਸਾਲ ਦਰ ਸਾਲ ਬਿਜਲੀ ਦੀ ਖਪਤ ਚ ਬੜਾ ਮਤਾ 29.43% ਵਾਧਾ ਹੋਇਆ ਤੇ ਬਦੋ ਬਦ ਲੋਡ ਸਮਰੱਥਾ ਚ ਵਾਧਾ ਛੜਾ 11.36% ਗਿਆ ਹੋਇਆ ਇਸ ਕਰੀਏ ਮੰਗ ਖਪਤ ਤੇ ક્ષਮਤਾ ਚ ਫਰਕੋ ਨੇ ਕਾਰਨ ਇਹ ਸੰਕਟ ਪੈਦਾ ਹੋ ਵਰਦਾ ਹੈ ਮੁੱਖ ਸਟੇਵਰੀ ਮਹਿਕਮੇ ਗਿਆ ਕਿ ਜੰਮੂ ਕਸ਼ਮੀਰ ਦੇ ਬਾਕੀ ਬਾਕੀ ਇਲਾਕਿਆਂ ਚ ਬਿਜਲੀ ਦੀ ਮੰਗ ਤੇ ਸਪਲਾਈ ਦਾ ਯੁਕਤੀ ਸੰਗਤ ਤਰੀਕੇ ਕਨੇ ਵਿਸ਼ਲੇਸ਼ਣ ਕਰਾ ਤੇ ਕਨੇ ਬਿਜਲੀ ਦੇ ਬੰਡ ਸ੍ਰਿਸ਼ਤੇ ਪ੍ਰਤੱਕ ਰੱਖਣ ਦੇ ਕੰਨੋ ਕੰਨੀ ਬਿਜਲੀ ਦੇ ਤਰੋੜੇਗੀ ਘਟ ਕਰਨੇ ਵਾਸਤੇ ਵੀ ਸੰਜੀਦਗੀ ਕਨੇ ਕੌਰ ਕਰਾ ਟਿਕੋਧਿਆ ਕਰੀਏ ਇਸ ਸੋਈ ਦਿਰੂਤਾ ਦਰਨ ਮੁਖਸਟਿਵਰੀ ਮੈਕਮੇ ਗਿਆ ਕਿ ਜੇ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣੇ ਆਸਤੇ ਸਪਲਾਈ ਸਿਸਤੇ ਦੀ ਕੰਨੋਕੰਨੀ ਮਰਮੱਤ ਰੱਖ ਰੱਖਾ ਤੇ ਨਿੱਕੇ-ਮੁਟੇ ਫਾਲਟ ਕੰਨੋਕੰਨੀ ਠੀਕ ਕਰਨੇ ਦੀ ਤਾਕੀਦ ਕੀਤੀ। ਉਹਨੀਆਂ ਆਖਿਆ ਜਿ ਤਾਰੇ ਖੰਬੇ, ਟਰਾਂਸਫਾਰਮਰੇ, ਮਸ਼ੀਨ ਨੇ ਉਪਕਰਣੇ ਦੇ ਢੰਗ ਸਿਰ ਰੱਖ ਰੱਖਾ ਤੇ ਸਮੇਂ ਸਿਰ ਮਰਮੱਤ ਕਰਨੇ ਕੰਨ ਨਾਚੜਾ ਖਰਚਾ ਘਟੁੰਦਾ ਸਗੋਂ ਵੱਡੇ ਨੁਕਸਾਨ ਕੋਲ ਆ ਵੀ ਬਚਿਆ ਜਾ ਸਕਦਾ ਹੈ। ਮੁਖਸਟਿਵਰੀ ਮੈਕਮੇ ਕੀ ਇਦਾਇਤ ਦਿੱਤੀ ਜੇ ਲੋਕਾਂ ਦੀਆਂ ਦਿੱਕਤਾਂ ਸ਼ਿਕਾਇਤਾਂ ਨੂੰ ਦੂਰ ਕਰਨੇ ਆਸਤੇ ਇੱਕ ਸ਼ਿਕਾਇਤ ਸੀਗਾ ਤਿਆਰ ਕੀਤਾ ਜਾ ਜਿੱ ਕਿ ਨੋਈ ਸਕੇ ਉਨ੍ਹਾਂ ਆਖਿਆ ਜੇ ਫੀਲਡ ਅਫਸਰ 24 ਘੰਟੇ ਆਪਣੇ ਇਲਾਕੇ ਚ ਉਪਲਬਧ ਰਹੋਣੇ ਲੋਡ ਚ ਦਿਨ ਤੇ ਵਿਭਾਗੀ ਦੇ ਸੰਪਰਕ ਕਰਨੇ ਹਾਸਤੇ ਨੰਬਰੇ ਬਾਰੇ ਜਾਣਕਾਰੀ ਵੱਡੇ ਪੈਮਾਨੇ ਪਰ ਆਮ ਲੋਕਾਂ ਕਨੇ ਸਾਂਝੀ ਕੀਤੀ ਜਾਣੀ ਲੋਡ ਚ ਦਿਖਿਆ ਹੈ लेफ्टिनेंट गवर्नर ਹੁੰਦ ਦੇ ਸਲਾਹਕਾਰ ਬਸੀਰ احمد ਖਾਨ ਨੇ ਕੱਲ ਸਿਵਲ ਸਚਿਵਾਲੇ ਸ਼ਟਰਨਗਰ ਚਿਕ ਬੈਠਕ ਲਾਈ ਹੈ ਜਮੂ ਕਸ਼ਮੀਰ ਚ ਸੈਲਸਫਾ ਖੇਤਰ ਦੇ ਬਕਾਇਆ ਰਹਨ ਦੇ ਪ੍ਰੋਜੈਕਟ ਨੇ ਦੇ ਕੰਮੇ ਦੀ ਰਫਤਾਰ ਤੇ ਪ੍ਰਗਤੀ ਦਾ ਜਾਇਜ਼ਾ ਲੈਂਦਾ ਜਮੂ ਕਸ਼ਮੀਰ ਪ੍ਰੋਜੈਕਟਸ ਕੰਸਟਰਕਸ਼ਨ ਕਾਰਪੋਰੇਸ਼ਨ ਲਿਮਟਿਡ ਜਕੇ ਪੀ ਸੀ ਸੀ ਆਸਿਆ ਤੋੜ ਚਾੜੀ ਜਾ ਰਹੀ ਬਕ ਬਕ ਪ੍ਰਯੋਜਨਾਏ ਦੇ ਬਾਰੇ ਚ ਤਫਸੀਲੀ ਜਾਣਕਾਰੀਆਂ ਹਸਲ ਕਰਤੀ ਹੋਈ ਉਹਨੇ ਨਿਰਦੇਸ਼ ਦਿੱਤਾ ਜੇ ਪ੍ਰਯੋਜਨਾਏ ਦੇ ਕੰਮਾਂ ਕੀ ਤੋੜ ਚਾੜਨੇ ਦੀ ਬੱਤ ਚ ਆਵਰਤੀ ਰੁਕਾਵਟਾਂ ਦੀ ਪਹਿਲ ਦੀ ਬਿਨਾ ਉਪਰ ਦੂਰ ਕਰਨੇ ਲਈ ਲੋੜਛਦੀ ਕਾਰਵਾਈਆਂ ਕੀਤੀਆਂ ਜਾਣ ਉਹਨੇ ਆਖ ਕਾਇਦਗੀ ਕੰਨੇ મૂલ્યાંਕਨ ਕੀਤਾ ਚੈਨਲ ਉੱਛਦੇ ਉਹਨੇ ਸਵਦੇਸ਼ ਦਰਸ਼ਨ ਸਕੀਮ ਤਹਿਤ ਹਿਮਾਲਿਆਈ ਸੈਲਸਫਾ ਸਰਕਰ ਦੇ ਵਿਕਾਸ ਕੰਮ ਮੈਂ ਦਾ ਬੀਜਾਇਜ਼ਾ ਲਿਆ ਤਾ ਜੇ ਸਰਬੰਧਤ ਐਲ ਕਾਰੇਂਗੀ ਕੰਮਯਤੀ ਰਫਤਾਰ ਚਤੇਜੀ ਆਨੰਦ ਦੇ ਨਿਰਦੇਸ਼ ਦਿੱਤੇ ਜੰਮੂ ਪ੍ਰਾਂਤਾਂ ਦੀਆਂ ਜਿਹੜੀ ਪ੍ਰੋਜੈਕਟਾਂ ਦੇ ਬਾਰੇ ਚ ਵਿਆਪਕ ਸੋਚ ਵਿਚਾਰ ਕੀਤਾ ਗਿਆ ਉਹਦੇ ਚ ਮਾਨਸਰ ਵਾਲੀ ਸੈਲਸਫਾ ਥਾਰੇ ਕੀ ਵੱਡੇ ਪੇਮਾਨੇ ਪਰ ਵਿਕਸਿਤ ਕਰਨੇ ਵਿਕਰਮ ਚੌਕ ਥਾਰ 1947 ਕੋਲਾਪੈਲੀ ਵਾਲੇ ਰੇਲਵੇ ਸਟੇਸ਼ਨ ਕੀ ਵਿਰਾਸਤੀ ਥਾਰ ਦੇ ਤੌਰ ਪਰ ਵਿਕਸਿਤ ਕਰਨੇ ਤੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਤਹਿਤ ਪਰਮੰਡਲ ਤੇ ਉੱਤਰ ਬੈਣੀ ਥਾਰੇਗੀ ਸੈਲਸਫਾ ਹਸਤੇ ਵਿਕਸਿਤ ਕਰਨ ਦੇ ਜਨੇ ਪ੍ਰੋਜੈਕਟ ਸ਼ਾਮਲਨ ਇਤੇ ਲਵਾ ਪ੍ਰਸਾਦ ਸਕੀਮਾ ਤਹਿਤ ਹਜ਼ਰਤ ਬਲਸਟ੍ਰਾਈਨ ਦੇ ਵਿਕਾਸ ਬਾਰੇ ਵੀ ਚਰਚਾ ਕੀਤੀ ਗਈ ਇਤੇ ਕਨੋਕੰਨੀ ਪਹਲਗਾਮ ਵਾਲੇ ਟੂਰਿਸਟ ਸਰਕਟ ਗੀ ਸਮੇਂ ਸਰ ਵਿਕਸਿਤ ਕਰਨੇ ਵਾਲੀ ਪ੍ਰਯੋਜਨਾ ਦੇ ਬਾਰੇ ਚ ਵੀ ਗੱਲਬਾਤ ਹੋਈ ਜਿਹਦੇ ਵਾਸਤੇ ਸਲਾਹਕਾਰੋ ਨੇ 3 ਨਵੰਬਰ ਦੀ ਸਮੇਂ ਸੀਮਾ ਤੈ ਕੀਤੀ ਉਹਨੇ ਦੋਨੇ ਪ੍ਰਾਂਤਨ ਦੇ ਡਾਇਰੈਕਟਰਿੰਗ ਯਾਕਿਆਂ ਜੇ ਸਰਬੰਧਤ ਸੈਲਸਫਾ ਵਿਕਾਸ ਪ੍ਰਾਧਾਨ ਨੇ ਦੇ ਕੰਮ ਮੇ ਦਾ ਨਿਯਮਿਤ ਤੌਰ ਪਰ ਜਾਇਜ਼ਾ ਲੈਂਦੇ ਰੋਣ ਜੰਮੂ ਦੇ ਡਿਪਟੀ ਕਮਿਸ਼ਨਰ ਅਨਸ਼ੁਲ ਗਰਗੋਰੀਆ ਆਖਿਆ ਜੇ ਜ਼ਿਲ੍ਹੇ ਚ ਕੋਵਿਡ ਪੋਜ਼ਿਟਿਵਿਟੀ ਦਰ ਘਟੋਈ ਹੈ 1.6 ਫੀਸਦ ਹੋਈ ਗਈ ਹੈ ਤੇ ਇਸ ਲਾਗੈਤਮਗਰਸਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਜ਼ਿਲ੍ਹੇ ਚ 92 ਫੀਸਦ ਤੱਕ ਪਹੁੰਚੀ ਗਈ ਹੈ ਉਹਨੇ ਆਖਿਆ ਜੇ ਹਰ ਰੋਜ਼ ਸਾਹਮਣੇ ਆਉਣ ਵਾਲੇ ਮਾਮਲਿਆਂ 'ਤਮਾ ਇਸ ਲਾਗੈਸ਼ਾਗਰਸਤ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤਰੀ ਵੱਧ ਹੈ ਹਰ ਰੋਜ਼ ਸਾਹਮਣੇ ਆਉਣੇ ਵਾਲੇ ਕੋਵਿਡ ਦੇ ਮਾਮਲੇ ਵੀ ਘਟੂਆ ਕਰ ਦੇਣਾ ਡਿਪਟੀ ਕਮਿਸ਼ਨਰ ਉਰਿਆ ਆਖਿਆ जम्मू डिस्ट्रिक्ट का पॉजिटिविटी रेट का जो घटने का ट्रेंड है वो इस हफ्ते भी बरकरार रहा साथ ही साथ हमारा रिकवरी रेट भी धीरे धीरे इम्प्रूव हो रहा है और जो हमारी बेड ऑक्यूपेंसी है वो धीरे धीरे घटती नजर आ रही है लेकिन फिर भी मैं सभी लोगों को यह अपील करना चाहूंगा की कोविड अप्रोप्रिएट बिहेवियर को लगातार फॉलो करें बहुत सारे केसेस मास्क ना पहनने के सोशल डिस्टेंसिंग ना होने के हमारे सामने आ रहे हैं जिस वैक्सीनेशन के लिहाज से हमारी 45 प्लस कैटेगरी की वैक्सीनेशन तकरीबन तीन लाख सत्तर हजार के आसपास पहुंच चुकी है 18 टू 44 कैटेगरी की वैक्सीनेशन भी हमारे ऑनलाइन प्रक्रिया के जरिए चल रही है और तकरीबन सात से साढ़े लोग डेली वैक्सीनेट हो रहे हैं ਖਟੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵੂਰੀਆਂ ਆਖਿਆ ਕਿ ਖਟੂਆ ਜ਼ਿਲ੍ਹੇ ਚ ਕੋਵਿਡ ਸਰਬੰਧੀ ਸਥਿਤੀ ਬਿਹਤਰ ਹੋਈ ਹੈ ਤੇ ਖਟੂਆ ਚ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 99% ਹੈ ਇਸ ਲਈ ਜ਼ਿਲ੍ਹੇ ਚ ਪੋਜ਼ੀਟਿਵ ਮਾਮਲੇ ਛੜੇ 158 ਨੂੰ ਇੰਤੇਚਾ ਕੇਸ਼ਗੈਮ ਰਿਜ਼ੰਕੀ ਹਸਪਤਾਲ ਚ ਰੱਖਿਆ ਕੀਤਾ ਤੇ ਮਤੇਸਾਰਿੰਗੀ ਹੁੰਦੇ ਘਰਾਂ ਚ ਨਵਿਕਲੇ ਰੱਖਿਆ ਜਾ ਰਿਹਾ ਜਾਂਦਾ ਔਰ ਬਿਆਵਰਾ ਦਿੰਦੀ ਹੋਈ ਖਟੂਆ ਦੇ ਡਿਪਟੀ ਕਮਿਸ਼ਨਰ ਹੋਰੀਆਂ ਆਖਿਆ वैक्सीनेशन जो है वो ग्रुप जो एलिजिबल कैटेगरी है उसमें सेवेंटी सेवन परसेंट वैक्सीनेशन फोर्टी फाइव प्लस एज ग्रुप में हो चुका है इसके अलावा 18 से पैंतालीस एज ग्रुप में भी हमारे डिस्ट्रिक्ट में वैक्सीनेशन चल रहा है जिसमें हम प्राय में पहले हमारे दुकानदार भाई हमारे जर्नलिस्ट हमारे टैक्सी ड्राइवर्स इसके अलावा

ਲੇਫਟਨੈਂਟ ਗਵਰਨਰ ਨੇ ਜੰਮੂ ਕਸ਼ਮੀਰ ਦੀਆਂ ਬਾਕੀ ਬਾਕੀ ਸੈਂਚ ਤਕਸੀਮ ਕਰਨ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਸਲਾਹਕਾਰ ਬਸੀਰ ਖਾਨੋ ਨੇ ਸੇਲਸਫਾ ਦੇ ਬਕਾਇਆ ਪੇ ਦੇ ਪ੍ਰੋਜੈਕਟਿੰਗ ਦਾ ਜਾਇਜ਼ਾ ਲਿਆ ਤੈਨੇ ਪ੍ਰੋਜੈਕਟਿੰਗ ਦੀ ਤੇਜ਼ੀ ਕਰਨੇ ਸਬੂਰਾ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਜੰਮੂ ਦੇ ਡਿਪਟੀ ਕਮਿਸ਼ਨਰ ਅਨਸ਼ੁਲ ਗਰਕੋਰੀਆਂ ਆਖਿਆ ਜੇ ਜ਼ਿਲ੍ਹੇ ਚ 6.6 ਲੱਖ ਸ਼ਮਤ ਲੋਕਾਂ ਦਾ ਟੀਕਾਕਰਨ ਕਰ ਦਿੱਤਾ ਗਿਆ ਤੇ ਪੋਜ਼ਿਟਿਵ ਮਾਮਲਿਆਂ ਦੀ ਦਰ ਘਟੀ ਹੈ ਛੜੀ 1.6 ਫੀਸਦੀ ਘਰੇ ਗਈ ਹੈ ਇਹ ਦੇ ਕੰਨ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਇਆ